ਸ਼ਰਾਰਤੀ ਅਨਸਰ ਇਸ ਕਦਰ ਬੇਖੌਫ ਹੋ ਚੁੱਕੇ ਨੇ ਕਿ ਹੁਣ ਕਿਸੇ ਵਿਧਾਇਕ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਤੰਗ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਹਾਲ ਹੀ ਦੇ ਵਿੱਚ ਜੋ ਮਾਮਲਾ ਸਾਹਮਣੇ ਆਇਆ ਹੈ, ਇੱਥੇ ਇੱਕ MLA ਦੇ ਪਰਿਵਾਰਿਕ ਮੈਂਬਰਾਂ ਦੇ ਫੇਸਬੁੱਕ ਅਕਾਊਂਟ ਹੈਕ ਕੀਤੇ ਗਏ ਨੇ। ਸਿਰਫ ਹੈਕ ਹੀ ਨਹੀਂ ਕੀਤੇ ਗਏ, ਬਲਕਿ ਉਹਨਾਂ ਦੇ ਫੇਸਬੁੱਕ ਪੇਜ ਦੇ ਉੱਤੇ ਅਸ਼ਲੀਲ ਵੀਡੀਓ ਤੇ ਫੋਟੋਆਂ ਤੱਕ ਅਪਲੋਡ ਕੀਤੀਆਂ ਗਈਆਂ ਨੇ, ਜਿਸ ਦਾ ਖੁਲਾਸਾ ਖੁਦ MLA ਦੇ ਵੱਲੋਂ ਕੀਤਾ ਗਿਆ ਤੇ ਸਾਈਬਰ ਕ੍ਰਾਈਮ ਨੂੰ ਇਸਦੀ ਸ਼ਿਕਾਇਤ ਦਿੱਤੀ ਗਈ ਹੈ। ਸਾਈਬਰ ਕ੍ਰਾਈਮ ਦੀ ਟੀਮ ਜਾਂਚ ਵਿੱਚ ਜੁਟੀ ਹੋਈ ਹੈ। ਦਰਅਸਲ ਇਹ ਮਾਮਲਾ ਹੈ ਹਲਕਾ ਲਹਿਰਾ ਦੇ ਆਪ ਵਿਧਾਇਕ ਬਰਿੰਦਰ ਕੁਮਾਰ ਗੋਇਲ ਦੇ ਘਰ ਦਾ, ਜਿਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਦੇ ਫੇਸਬੁੱਕ ID ਹੈਕ ਕੀਤੀਆਂ ਗਈਆਂ ਨੇ। ਫੇਸਬੁੱਕ ਅਕਾਊਂਟ ਹੈਕ ਕਰਕੇ ਉਹਨਾਂ ਤੋਂ ਅਸ਼ਲੀਲ ਵੀਡੀਓ ਤੇ ਫੋਟੋਆਂ ਅਪਲੋਡ ਕੀਤੀਆਂ ਗਈਆਂ ਨੇ। ਬਰਿੰਦਰ ਗੋਇਲ ਦੀ ਪਤਨੀ ਸੀਮਾ ਗੋਇਲ, ਭਰਜਾਈ ਕਾਂਤਾ ਗੋਇਲ ਅਤੇ ਉਹਨਾਂ ਦੇ PA ਰਾਕੇਸ਼ ਕੁਮਾਰ ਗੁਪਤਾ ਦੀ ਫੇਸਬੁੱਕ ID ਹੈਕ ਕੀਤੀ ਗਈ ਹੈ ਅਤੇ ਸਮਾਜ ਵਿਰੋਧੀ ਅਨਸਰਾਂ ਦੇ ਵੱਲੋਂ ਉਹਨਾਂ ਦੀ ਫੇਸਬੁੱਕ ID ਦੇ ਨਾਲ ਛੇੜਛਾੜ ਕਰਦਿਆਂ ਫੇਸਬੁੱਕ ਪੇਜਾਂ ਦੇ ਉੱਤੇ ਅਸ਼ਲੀਲ ਵੀਡੀਓ ਤੇ ਅਸ਼ਲੀਲ ਫੋਟੋਆਂ ਅਪਲੋਡ ਕੀਤੀਆਂ ਗਈਆਂ ਨੇ, ਜਿਸ ਦੇ ਸਕਰੀਨਸ਼ਾਟ ਲੈ ਕੇ ਬਰਿੰਦਰ ਕੁਮਾਰ ਗੋਇਲ ਦੇ ਵੱਲੋਂ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਗਈ ਹੈ ਤੇ ਸਾਈਬਰ ਕ੍ਰਾਈਮ ਨੂੰ ਵੀ ਦਿੱਤੀ ਗਈ ਹੈ। ਸਾਈਬਰ ਕ੍ਰਾਈਮ ਹੁਣ ਜਾਂਚ ਵਿੱਚ ਜੁਟੀ ਹੋਈ ਹੈ ਅਤੇ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਖਿਰ ਕਿੱਥੋਂ ਇਹ ਫੇਸਬੁੱਕ ਪੇਜ ਹੈਕ ਕੀਤੇ ਗਏ ਨੇ ਅਤੇ ਕੌਣ ਇਹ ਸਭ ਕਰ ਰਿਹਾ ਹੈ। ਹਾਲਾਂਕਿ ਇੱਥੇ ਬਰਿੰਦਰ ਕੁਮਾਰ ਗੋਇਲ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਨੂੰ ਪਹਿਲਾਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ ਹੋਈਆਂ ਨੇ ਅਤੇ ਹੁਣ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਦੇ ਫੇਸਬੁੱਕ ਅਕਾਊਂਟ ਹੈਕ ਹੋ ਗਏ ਨੇ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਸਮਾਜ ਵਿਰੋਧੀ ਅਨਸਰ ਹੀ ਕਰ ਰਹੇ ਨੇ, ਜਿਸ ਲਈ ਉਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਵੀ ਕੀਤੀ ਗਈ ਹੈ। ਪਿਛਲੇ ਦਿਨੀ ਜੋ ਸੋਸ਼ਲ ਮੀਡੀਆ ਦੇ ਪੇਜ ਸਾਡੇ ਚੱਲਦੇ ਆ, ਮੇਰੇ PA ਦਾ, ਮੇਰੀ ਵਾਈਫ ਸੀਮਾ ਗੋਇਲ ਦਾ, ਸਾਡੀ ਭਰਜਾਈ ਕਾਂਤਾ ਗੋਇਲ ਦਾ, ਇਹ ਸਾਡੇ ਸਾਰੇ ਪੇਜ ਸੀ ਜਿਹੜੇ ਉਹ ਕਿਸੇ ਦੁਆਰਾ ਹੈਕ ਕਰ ਲਿੱਤੇ ਗਏ ਅਤੇ ਹੈਕ ਕਰਕੇ ਉਸ 'ਤੇ ਗਲਤ ਮਟੀਰੀਅਲ, ਕੋਈ ਇਸ ਤਰ੍ਹਾਂ ਦੀਆਂ ਤਸਵੀਰਾਂ ਵਗੈਰਾ ਪਾਈਆਂ ਗਈਆਂ, ਜੋ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ ਮੈਨੂੰ ਧਮਕੀਆਂ ਵੀ ਮਿਲੀਆਂ, ਜਾਨ ਤੋਂ ਮਾਰਨ ਦੀਆਂ ਧਮਕੀਆਂ ਵੀ ਮਿਲੀਆਂ। ਹੁਣ ਇਹ ਪਤਾ ਨਹੀਂ ਕੌਣ ਲੋਕ ਨੇ ਇਸ ਪਿੱਛੇ ਵੀ ਕੀ ਇਲੈਕਸ਼ਨ ਸਟੰਟ ਹੈ, ਕੀ ਹੈ ਇਹ, ਵੀ ਮੈਂ ਸਮਝਦਾ ਸਾਡੀ ਛਵੀ ਖਰਾਬ ਕਰਨ ਦੀ ਜਿਹੜੀ ਹੈ ਇਹ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜੀ ਬਹੁਤ ਮੰਦਭਾਗੀ ਹੈ। ਮੈਂ ਇਸ ਸੰਬੰਧ ਦੇ ਵਿੱਚ SSP ਸਾਹਿਬ ਨੂੰ ਸੂਚਿਤ ਕੀਤਾ ਸੀ ਅਤੇ SSP ਸਾਹਿਬ ਨੇ ਤੁਰੰਤ ਹੀ ਐਕਸ਼ਨ ਲੈਂਦਿਆਂ ਕਾਰਵਾਈ ਵੀ ਕੀਤੀ, ਪਰਚਾ ਵੀ ਦਰਜ ਕੀਤਾ ਹੈ। ਸੋ ਪੁਲਿਸ ਤਫਤੀਸ਼ ਕਰ ਰਹੀ ਹੈ। ਹਾਂਜੀ, ਸਾਨੂੰ ਇਹ ਦਰਖਾਸਤ ਮਿਲੀ ਸੀਗੀ MLA ਸਾਹਿਬ ਲਹਿਰਾ ਦੇ PA ਰਾਕੇਸ਼ ਗੁਪਤਾ ਜੀ ਵੱਲੋਂ, ਉਹਦੇ ਆਧਾਰ 'ਤੇ ਅਸੀਂ ਨੇ IT ਐਕਟ ਦੇ ਤਹਿਤ FIR ਦਰਜ ਕੀਤੀ ਹੈ ਅਤੇ ਅਸੀਂ ਤਫਤੀਸ਼ ਕਰ ਰਹੇ ਹਾਂਗੇ। ਇਹਦੇ 'ਚ ਜਿਹੜਾ PA ਆਪਣੇ ਰਾਕੇਸ਼ ਗੁਪਤਾ ਨੇ, ਉਹਨਾਂ ਦੀ MLA ਸਾਹਿਬ ਦੀ ਅਤੇ MLA ਸਾਹਿਬ ਦੇ ਪਰਿਵਾਰਕ ਮੈਂਬਰਾਂ ਦੀ ਜਿਹੜੀ ਫੇਸਬੁੱਕ ID ਸੀ ਉਹ ਹੈਕ ਕੀਤੀ ਹੈ ਕਿਸੇ ਅਣਪਛਾਤੇ ਬੰਦੇ ਨੇ। ਉਹਦੇ ਸਾਹਮਣੇ ਸਾਨੂੰ ਜਿਹੜੀ ਐਪਲੀਕੇਸ਼ਨ ਮਿਲੀ ਹੈ ਉਹ 'ਤੇ FIR ਦਰਜ ਕਰਕੇ ਅਗਲੀ ਕਾਰਵਾਈ ਉਹਦੇ ਲਿਆਉਂਦੀ ਜਾ ਰਹੀ ਹੈ ਅਤੇ ਜਲਦੀ ਅਸੀਂ ਇਹਨੂੰ ਟਰੇਸ ਕਰ ਲਵਾਂਗੇ ਸਰ।